ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਅੰਮ੍ਰਿਤਸਰ ਬੱਸ ਅੱਡੇ ਦੀ ਦੱਸੀ ਜਾ ਰਹੀ ਹੈ। ਪੱਤਰਕਾਰ ਗੁਰਪ੍ਰੀਤ ਸਿੰਘ ਸੰਧੂ ਨੇ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਜੋ ਵੀਡੀਓ ਹੈ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੇਖ ਸਕਦੇ ਹੋ ਕਿ ਇੱਕ ਨਿਹੰਗ ਸਿੰਘ ਜੋ ਬਾਣੇ ਦੇ ਵਿੱਚ ਹੈ ਔਰ ਨਸ਼ੇ ਦੇ ਵਿੱਚ ਪੂਰਾ ਧੁੱਤ ਹੈ, ਨਸ਼ੇ ਦੀ ਹਾਲਤ ਦੇ ਵਿੱਚ ਇਸ ਦੀ ਜੋ ਵੀਡੀਓ ਆ ਕਿਸੇ ਨੇ ਬਣਾਈ ਹੈ ਔਰ ਪੂਰੀ ਤਰ੍ਹਾਂ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਅਜਿਹੇ ਵਿਅਕਤੀ ਪੂਰੀ ਸਿੱਖ ਕੌਮ ਨੂੰ ਦਾਗਦਾਰ ਕਰ ਰਹੇ ਨੇ, ਬਾਣਾ ਪਾ ਕੇ, ਗਾਤਰਾ ਪਾ ਕੇ, ਜੋ ਕਿ ਨਸ਼ੇ ਦੀ ਹਾਲਤ ਦੇ ਵਿੱਚ ਬੱਸ ਅੱਡੇ ਦੇ ਉੱਤੇ ਖੜ੍ਹਾ ਹੋਇਆ ਹੈ, ਨਸ਼ੇ ਦੇ ਵਿੱਚ ਧੁੱਤ ਹੈ। ਤਸਵੀਰ ਦੇ ਵਿੱਚ ਤੁਸੀਂ ਦੇਖਿਆ ਕਿ ਇੰਨਾ ਜ਼ਿਆਦਾ ਨਸ਼ੇ ਦੇ ਵਿੱਚ ਵਿਅਕਤੀ ਧੁੱਤ ਹੋ ਚੁੱਕਿਆ ਹੈ ਕਿ ਇਸ ਦੇ ਕੋਲੋਂ ਖੜ੍ਹਿਆ ਵੀ ਨਹੀਂ ਜਾ ਰਿਹਾ, ਪੈਰ ਡਗਮਗਾ ਰਹੇ ਨੇ। ਦੇਖੋ ਇਹ ਕਿਵੇਂ ਇੱਥੇ ਬੈਠਾ ਹੋਇਆ ਹੈ ਨਸ਼ੇ ਦੀ ਹਾਲਤ ਦੇ ਵਿੱਚ, ਪੂਰੀ ਮਤਲਬ ਇਹਦਾ ਦਿਮਾਗ ਜਿਹੜਾ ਇਹਦੀ ਸੁੱਧ ਬੁੱਧ ਬਿਲਕੁਲ ਗਵਾਈ ਬੈਠਾ ਆਪਦੀ। ਸੋ ਅਜਿਹੇ ਜਿਹੜੇ ਵਿਅਕਤੀ ਨੇ ਪੂਰੀ ਸਿੱਖ ਕੌਮ ਦੇ ਲਈ ਦਾਗਦਾਰ ਬਣਦੇ ਨੇ। ਅਜਿਹੇ ਵਿਅਕਤੀਆਂ ਦੇ ਉੱਤੇ ਕਹਿ ਦਈਏ ਕਿ SGPC ਜਾਂ ਹੋਰ ਅਜਿਹੇ ਜਿਹੜੀਆਂ ਕਮੇਟੀਆਂ ਨੇ, ਸੰਸਥਾਵਾਂ ਨੇ, ਉਹਨਾਂ ਨੂੰ ਅਜਿਹੇ ਵਿਅਕਤੀਆਂ ਦੇ ਉੱਤੇ ਨਕੇਲ ਕੱਸਣੀ ਚਾਹੀਦੀ ਹੈ ਕਿਉਂਕਿ ਬਾਣਾ ਪਾ ਕੇ ਨਸ਼ੇ ਦੀ ਹਾਲਤ ਦੇ ਵਿੱਚ ਰਹਿਣਾ ਇਹ ਬਹੁਤ ਜ਼ਿਆਦਾ ਹੀ ਸ਼ਰਮਨਾਕ ਜਿਹੜੀ ਘਟਨਾ ਹੈਗੀ ਆ। ਇਹ ਜਿਹੜੀਆਂ ਤਸਵੀਰਾਂ ਨੇ ਬਹੁਤ ਸ਼ਰਮਨਾਕ ਨੇ ਜੋ ਸਾਹਮਣੇ ਆਈਆਂ ਨੇ। ਹਾਂ, ਆਪਣੀ ਇੱਕ ਸੋਚ ਹੁੰਦੀ ਹੈ ਜੇ ਕਿਸੇ ਨੇ ਕੋਈ ਵਿਅਕਤੀ ਨਸ਼ਾ ਕਰ ਰਿਹਾ ਜਾਂ ਕੁਛ ਵੀ ਹੈ, ਪਰ ਬਾਣਾ ਤਾਂ ਨਾ ਪਾਓ ਕਮ ਸੇ ਕਮ। ਤੁਸੀਂ ਜੋ ਵੀ ਕਰਨਾ ਕਰੋ, ਤੁਹਾਡੀ ਆਪਣੀ ਇੱਕ ਜ਼ਿੰਦਗੀ ਹੈ, ਪਰ ਅਜਿਹੀ ਹਾਲਤ ਜਿਹੜੀ ਹੈ, ਅਜਿਹਾ ਜਿਹੜਾ ਬਾਣਾ ਪਾ ਕੇ, ਜਿਹੜਾ ਕਿ ਸੱਚਾ ਸੁੱਚਾ ਪੂਰੀ ਦੁਨੀਆ ਦੇ ਵਿੱਚ ਬਾਣਾ ਮੰਨਿਆ ਗਿਆ, ਅੰਮ੍ਰਿਤ ਛਕਿਆ ਹੋਇਆ ਇਸ ਵਿਅਕਤੀ ਦਾ ਲੱਗ ਰਿਹਾ ਕਿ ਦੇਖੋ ਕਿੱਦਾਂ ਜਿਹੜੀ ਕਹਿ ਦਈਏ ਸ੍ਰੀ ਸਾਹਿਬ ਵੀ ਪਾਈ ਹੋਈ ਹੈ ਇਹ ਦਿਖ ਰਹੀ ਆ। ਸੋ ਅਜਿਹੇ ਵਿਅਕਤੀ ਨੇ ਦੋਸਤੋ ਵੀ ਜਿਹੜੇ ਕਹਿ ਲਈਏ ਕਿ ਸਾਰੀ ਕੌਮ ਨੂੰ ਬਦਨਾਮ ਕਰਦੇ ਨੇ। ਸੋ ਇਹਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਇਹ, ਸੋ ਇਹ ਤਸਵੀਰਾਂ ਜੋ ਵਾਇਰਲ ਹੋ ਰਹੀਆਂ ਨੇ ਤਾਂ ਬਹੁਤ ਹੀ ਮੰਦਭਾਗੀ ਆਪਾਂ ਇਸ ਨੂੰ ਗੱਲ ਕਹਿ ਸਕਦੇ ਹਾਂ ਕਿਉਂਕਿ ਇਸ ਦੇ ਨਾਲ ਪੂਰੇ ਪੰਜਾਬ ਦੀ ਬਦਨਾਮੀ ਹੋ ਰਹੀ ਆ ਔਰ ਗੁਰੂ ਕੀ ਨਗਰੀ ਤੋਂ ਇਹ ਵੀਡੀਓ ਜਿਹੜੀ ਆ ਵਾਇਰਲ ਹੋਈ ਆ। ਤਸਵੀਰਾਂ ਜਿਹੜੀਆਂ ਅੰਮ੍ਰਿਤਸਰ ਸਾਹਿਬ ਬੱਸ ਅੱਡੇ ਦੀਆਂ ਤਸਵੀਰਾਂ ਨੇ ਜੋ ਤੁਸੀਂ ਦੇਖ ਰਹੇ ਹੋ। ਬਾਕੀ ਟਿੱਪਣੀਆਂ ਕਰਕੇ ਆਪਣੀ ਰਾਏ ਜ਼ਰੂਰ ਦਿਓ ਇਸ ਪ੍ਰਤੀ ਕਿ ਇਸ ਤਰ੍ਹਾਂ ਨਸ਼ੇ ਦੀ ਹਾਲਤ ਵਿੱਚ ਇਹ ਬਾਣਾ ਪਾ ਕੇ ਸਹੀ ਹੈ ਜਾਂ ਗਲਤ ਹੈ ਜਾਂ ਜੋ ਵੀ ਹੈ, ਹੈ ਤਾਂ ਗਲਤ ਹੀ, ਪਰ ਟਿੱਪਣੀਆਂ ਦੇ ਜ਼ਰੀਏ ਤੁਸੀਂ ਆਪਣੀ ਰਾਏ ਜ਼ਰੂਰ ਦਿਓ। ਧੰਨਵਾਦ।